ਓ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ? ਸਭ ਵਧੀਆ ਜੀ। ਲਓ ਵੀ ਮਿੱਤਰੋ, ਇੱਧਰ ਇਹਨਾਂ ਨੇ ਕੱਢ ਲਿਆ ਸੀ ਬੱਚਾ ਦੂਜਾ, ਵੀ ਦੂਜਾ ਛੋਟਾ ਸੀ ਅਤੇ ਚੱਕ ਕੇ ਆਪਾਂ ਉੱਧਰ ਕਰਤਾ, ਉੱਧਰੋਂ ਚੱਕ ਕੇ ਇੱਕ ਇੱਧਰ ਕਰਤਾ, ਯਾਨੀ ਦੋ ਕਰਤੇ ਇਹਦੇ ਥੱਲੇ ਵੀ, ਠੀਕ ਹੈ ਜੀ। ਅਤੇ ਉੱਧਰ ਥੱਲੇ ਕੱਢਿਆ ਸੀ ਇੱਕ ਨੇ, ਉੱਧਰ ਕਰਤੇ ਉਹ ਦੋ ਇਕੱਠੇ। ਅਤੇ ਆਹ ਜੋੜੀ ਨੇ ਆਪਣੀ ਨੇ ਲਾ ਲਿਆ ਅੰਡਾ ਉੱਧਰੋਂ, ਠੀਕ ਹੈ ਜੀ। ਝਾੜ 'ਚ ਪਏ ਉਹਨੇ, ਦੇਖੋ ਖੰਭ ਕਿਵੇਂ, ਪਾਣੀ ਪੂਣੀ ਹੁਣ ਸਾਰਾ ਚੇਂਜ ਕਰਾਂਗੇ ਆਪਾਂ। ਪਹਿਲਾਂ ਮੈਂ ਵੀਡੀਓ ਬਣਾ ਲਈ ਇੱਕ ਵਾਰੀ। ਅਤੇ ਆਹ ਜੋੜੀ ਨੇ ਵੀ ਕੱਢੇ ਹੋਏ ਨੇ ਜੀ, ਆਹ ਫੀਡ ਆ ਜੀ, ਕਣਕ ਸਰੋਂ ਚੁੱਕ ਗਏ ਨੇ, ਅਤੇ ਆਹ ਦੋਨੇ ਕੱਢੇ ਹੋਏ ਨੇ ਬੱਚੇ ਜੀ, ਜੋੜੀ ਨੇ ਬੈਠੀ ਆ ਬੱਚਿਆਂ ਦੇ ਉੱਪਰ। ਇੱਧਰ ਆਹ ਕਬੂਤਰ ਨਾਲ ਦੋ ਛੱਡੀਆਂ ਹੋਈਆਂ ਸੀ ਜੀ, ਆਪਾਂ ਨੇ ਇੱਕ ਚੱਕਤੀ ਹੈ, ਦੁਬਾਰਾ ਮਿਲਣ ਲੱਗ ਗਿਆ ਵੀ ਚੋਗਾ ਦਿੰਦਾ ਕਬੂਤਰ ਵਧੀਆ। ਅਤੇ ਆਹ ਕਬੂਤਰੀ ਦਾ ਵੀ ਜੀ, ਇੱਕ ਅੰਡੇ 'ਚੋਂ ਬੱਚਾ ਨਿਕਲਿਆ ਇਹਦੀ, ਉਹ ਵੀ ਫਿਰ ਆਪਾਂ ਨੇ ਚੱਕੇ ਦਿੱਤਾ, ਉਹ ਵੀ ਬਦਲਤਾ ਉੱਧਰ। ਅਤੇ ਇੱਕ ਅੰਡੇ ਦੇ ਵਿੱਚ ਮਰ ਗਿਆ ਸੀ, ਅੰਡਾ ਫੁੱਟਿਆ ਨਹੀਂ ਦੀ ਵਿੱਚ, ਮਰ ਗਿਆ ਸੀਗਾ। ਅਤੇ ਦੂਜਾ ਅੰਡਾ ਆਪਾਂ ਭੰਨਤਾ ਸੀ ਅਤੇ ਉਹ ਬੱਚਾ ਕੱਢ ਲਿਆ ਸੀ, ਉਹ ਬੱਚਾ ਉੱਧਰ ਬਦਲਤਾ, ਬਹੁਤ ਵਧੀਆ ਸਵਸਥ ਆ, ਠੀਕ ਹੈ ਜੀ ਮੇਰੇ ਭਰਾ। ਅਤੇ ਆਹ ਜੋੜੀ ਨੇ ਵੀ ਕੱਲ੍ਹ ਦੋ ਹੀ ਕੱਢ ਲਏ ਜੀ ਬੱਚੇ, ਛਿਲਕਾ ਹਾਲੇ ਬੱਚੇ ਪਏ ਚੱਕ ਦੀਏ। ਛਿਲਕ ਚੱਕ ਤਾ ਆਪਾਂ ਨੇ, ਦਿਖਾਉਣਾ ਤੁਹਾਨੂੰ ਦੋਨੋਂ ਬੱਚੇ ਦੇ। ਆਹ ਬੈਠੇ ਨੇ ਜੀ, ਦੋ ਹੀ ਕੱਢ ਲਏ ਬੱਚੇ ਨੇ, ਠੀਕ ਹੈ ਜੀ। ਅਤੇ ਆਹ ਉੱਪਰ ਆਂਡਿਆਂ ਪਈ ਆ, ਇਹਨਾਂ ਦੇ ਹਾਲੇ ਦਿਨ ਰਹਿੰਦੇ ਨੇ, ਅੰਡਿਆਂ ਦੀ ਬੈਠੀ ਆਪਣੀ ਜੋੜੀ। ਅਤੇ ਮੀਰਾ ਕਬੂਤਰ, ਅਤੇ ਆਪਣੀ ਘਰ ਦੀ ਬਰੀਕ ਧੰਨੇ ਗਲਾਂ 'ਚ ਕਬੂਤਰੀ ਆ, ਲਾਲਚੀ ਨੇ, ਅੰਡਿਆਂ ਦੇ ਹੀ ਆ, ਇਹ ਦੋ ਅੰਡੇ ਨੇ। ਅਤੇ ਉੱਧਰਲੇ ਖੋਡੇ 'ਚੋਂ ਬੱਚੇ ਕੱਲ੍ਹ ਆਪਾਂ ਨੇ ਚੱਕ ਲਿਆਂਦਾ ਜੀ, ਇੱਧਰ ਛੋਟੇ ਮਾੜਾ ਮਾੜਾ ਰੰਗ ਲਾਤਾ, ਇੱਧਰ ਛੱਡਤੇ ਨੇ ਆਪਾਂ ਨੇ। ਉੱਧਰਲੇ ਖੁੱਟੇ ਚੋਂ ਲਿਆ ਕੇ ਬੱਚੇ ਇੱਧਰ ਛੱਡਤੇ ਨੇ ਆਪਾਂ ਨੇ, ਬੈਠੇ ਨੇ, ਤੁਹਾਨੂੰ ਦਿਖਾ ਦਿੰਦੇ ਹਾਂ ਕਿਹੜੇ ਕਿਹੜੇ ਨੇ। ਆਹ ਦੇਖੋ ਜੀ, ਆਹ ਜੀ ਇਹਦੇ ਨਾਲ ਦਾ ਹੀ ਆ ਲਾਲਚੀ ਨਾ, ਆਪਣੇ ਆਹ ਬੈਠਾ ਟੂਸਾ ਜਿਹਾ, ਇਹਦਾ ਕਰਤਾ ਰੰਗ ਲਾਤਾ ਆਪਾਂ ਮਾੜਾ ਮਾੜਾ, ਇੱਕ ਆਹ ਲਾਲਚੀ ਨਾ, ਆਹ ਲਾਲਚੀ ਨਾ ਚਿੱਟੀਆਂ ਦਾ ਜੀ, ਠੀਕ ਹੈ ਜੀ। ਇੱਕ ਆਹ ਬੈਠਾ ਟੂਸੇ ਵਾਲਾ, ਦੋ ਹੋਰ ਆਰਾਮ ਨਾਲ ਬੈਠੇ ਹੋਣੇ ਆ, ਸੱਤ ਅੱਠ ਬੱਚੇ ਸੀਗੇ ਜਿਹੜੇ ਉੱਧਰ ਅਸੀਂ ਛੋਟੇ, ਸੱਤੇ ਅੱਠੇ ਬੱਚੇ ਇੱਧਰ ਚੱਕ ਲਿਆਉਂਦੇ ਨੇ ਆਪਾਂ ਨੇ, ਠੀਕ ਹੈ ਜੀ। ਰੰਗ ਲਗਾ ਤਾ ਆਪਾਂ ਜਿਹੜੇ ਬੱਚਿਆਂ ਦੇ, ਇਹਨਾਂ ਦਾ ਸਾਰਿਆਂ ਦੇ, ਇਹਨਾਂ ਦੀ ਨਿਸ਼ਾਨੀ ਆਪਾਂ ਨੇ ਲਾ ਤੀਆਂ ਨੇ, ਤਾਂ ਜੋ ਇਹਨਾਂ ਨੂੰ ਹੁਣ ਭਜਾਉਣ ਲਈ ਦੋ ਕੁ ਦਿਨਾਂ ਤੱਕ ਇਹਨਾਂ ਨੂੰ ਜਾਲਾਂ 'ਚ ਪਾਉਣੇ ਸ਼ੁਰੂ ਕਰਾਂਗੇ, ਕਿਉਂਕਿ ਹੁਣੇ ਪਾਤੇ ਧੁੱਪ ਜ਼ਿਆਦਾ ਮੰਨਣਗੇ, ਸੁੱਕਣ ਦਾ ਡਰ ਰਹਿਣਾ ਬੱਚਿਆਂ ਦਾ, ਕਿਉਂਕਿ ਹਲੇ ਉੱਧਰੋਂ ਆਏ ਨੇ, ਇੱਧਰ ਚੋਗਾ ਵੀ ਲੈਂਦੇ, ਹੁਣ ਇੱਧਰ ਚੁਗਣਾ ਸ਼ੁਰੂ ਕਰ ਦੇਣਗੇ, ਦੋ ਕੁ ਦਿਨ ਤਾਂ ਇਹਨਾਂ ਨੇ ਚੁਗਣ ਨੂੰ ਨਹੀਂ ਲਾ ਦੇਣੇ, ਪਾਣੀ ਪੀਣ ਨੂੰ ਲਾ ਦੇਣੇ, ਤਵੀਏ ਨੂੰ ਮੂੰਹ ਲਗਾਉਂਦੇ ਰਹਾਂਗੇ ਆਪਾਂ, ਠੀਕ ਹੈ ਮੇਰੇ ਭਰਾ, ਸਾਰੇ ਪਾਣੀ ਮੂੰਹ ਲਵਾਉਂਦੇ ਰਿਹਾ ਕਰੋ, ਤੌੜੀ ਨੂੰ ਜਿੱਦਾਂ ਆਪਾਂ ਤੌੜੀ ਭਰ ਕੇ ਰੱਖਤੀ, ਡੇਲੀ ਦਿਨ 'ਚ ਦੋ ਵਾਰ ਇਹਨਾਂ ਦਾ ਤੌੜੀਆਂ ਨੂੰ ਮੂੰਹ ਲਵਾਇਆ ਕਰੋ, ਅਤੇ ਲੂਣ ਨੂੰ ਬੱਚੇ ਮੂੰਹ ਮਾਰਦੇ ਨੇ, ਠੀਕ ਹੈ ਜੀ। ਬਾਕੀ ਆ ਬੈਠੇ ਆਪਣੇ ਸਾਰੇ ਬੱਚੇ, ਅਤੇ ਪਹਿਲੇ ਪੂਰ 'ਚੋਂ ਤਿੰਨ ਬੱਚੇ ਰਹਿ ਗਏ ਗਿੱਜਣ ਤੋਂ, ਬਾਕੀ ਸੱਤ ਅੱਠ ਬੱਚੇ ਗਿੱਜ ਗਏ ਨੇ, ਤਿੰਨ ਬੱਚੇ ਰਹਿ ਗਏ ਉਹਦੇ 'ਚੋਂ, ਬਾਕੀ ਆਪਣੇ ਆਹ ਨਵੇਂ ਆ ਗਏ ਸੱਤ ਅੱਠ ਬੱਚੇ ਰਹਿਣੇ ਨੇ ਹੁਣ ਭਜਾਉਣ ਤੋਂ,
ਠੀਕ ਹੈ ਜੀ। ਪ੍ਰੋਪਰ ਆਪਾਂ ਇਹਨਾਂ ਨੂੰ ਵੀ ਗਿਝਾਵਾਂਗੇ। ਬਾਕੀ ਤਕਰੀਬਨ ਬੱਚੇ ਆਪਣੇ ਕੋਲ ਮਾਲਕ ਦੀ ਮਿਹਰ ਨਾਲ 50 ਕੁ ਬੱਚੇ ਗਿੱਝ ਗਏ ਨੇ। ਬਾਕੀ ਜਿਹੜੇ ਨਵੇਂ ਆਏ ਨੇ ਉੱਧਰੋਂ ਹੁਣ ਇਹ ਵੀ ਗਿਝਾ ਲਾਂਗੇ, ਠੀਕ ਹੈ ਜੀ। ਅਤੇ ਆਪਣੇ ਚੈਨਲ ਨੂੰ ਜਿਹੜੇ ਭਰਾ ਪਿਆਰ ਕਰਦੇ ਨੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ, ਠੀਕ ਹੈ ਜੀ। ਬਾਕੀ ਆਪਾਂ ਨੇ ਐਲਬੋ ਮਾਰ ਜਿਹੜੀ ਪਾਈ ਆ, ਵੀਰ ਆਪਣੇ ਪੁੱਛਦੇ ਨੇ ਵੀ ਸਹੀ ਆ, ਵੀਰੇ ਬਿਲਕੁਲ ਸਹੀ ਹੈ ਜੀ, ਤਾਂ ਹੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਇਹਨਾਂ ਨੂੰ ਸਾਰਿਆਂ ਨੂੰ ਐਲਬੋ ਮਾਰ ਪਾ ਚੁੱਕੇ ਹਾਂ ਆਪਾਂ, ਠੀਕ ਹੈ ਜੀ। ਐਲਬੋ ਮਾਰ ਇਹਨਾਂ ਨੂੰ ਸਾਰਿਆਂ ਨੂੰ ਦੇ ਚੁੱਕੇ ਹਾਂ, ਅਤੇ ਕੱਲ੍ਹ ਖੁੱਡੇ ਸਾਫ ਕਰੇ ਸੀ, ਇਹ ਖੰਭ ਝਾੜ ਰਹੇ ਨੇ ਫਿਰ, ਉਹਨਾਂ ਹੀ ਦੇਖੋ ਖੰਭਾਂ ਨਾਲ ਗੰਦ ਪਾ ਦਿੰਦੇ ਨੇ, ਅਤੇ ਹਫ਼ਤੇ ਬਾਅਦ ਕਰਿਆ ਕਰਾਂਗੇ ਸਾਫ ਆਪਾਂ, ਹਫ਼ਤੇ ਬਾਅਦ ਹੀ ਸਾਫ ਕਰਾਂਗੇ। ਲਓ ਜੀ ਝਾੜੇ ਪਏ ਹੋਏ ਨੇ, ਕਿਵੇਂ ਉਧਰੋਂ ਵੀ ਆਪਾਂ ਜੋੜੇ ਤੋੜੇ ਇੱਧਰ ਕਬੂਤਰ ਛੱਡੀ ਜਾਂਦੇ ਹਾਂ ਭਰਾਵੋ, ਉਧਰੋਂ ਵੀ ਆਪਾਂ ਜੋੜੇ ਤੋੜ ਕੇ ਕਬੂਤਰ ਇੱਧਰ ਛੱਡੀ ਜਾਂਦੇ ਹਾਂ, ਠੀਕ ਹੈ ਜੀ। ਕਿਉਂਕਿ ਹੁਣ ਬੱਚਿਆਂ ਦਾ ਆਪਣੇ ਕੋਲ ਕੋਟਾ ਪੂਰਾ ਹੋ ਚੱਲਿਆ, ਅਤੇ ਜੋੜੇ ਆਪਾਂ ਤੋੜ ਦਾਂਗੇ ਸਾਰੇ, ਠੀਕ ਹੈ ਜੀ। ਆਪਣੇ ਬੈਠੇ ਜੀ ਵੱਡੇ ਕਬੂਤਰ, ਚੱਲਦੇ ਆਪਾਂ ਉੱਧਰ। ਆ ਜੋੜੀਆਂ ਤੁਹਾਨੂੰ ਇੱਧਰ ਡੋਲੀ 'ਚ ਦਿਖਾ ਦੀਆਂ ਨੇ, ਡੋਲੀ 'ਚ ਲੱਗੀਆਂ ਹੋਈਆਂ ਤੁਹਾਨੂੰ ਦਿਖਾਉਂਦੇ ਉੱਧਰ ਲੈਣ 'ਚ। ਜਸਟ ਫੈਨ ਚੱਲਦੇ ਛੱਡੇ ਉਹਨੇ ਰਾਤ ਦੇ, ਚੱਲ ਰਿਹਾ ਜੀ ਜਸਟ ਫੈਨ ਪੂਰੇ ਚੱਕਰਾਂ ਦੇ ਵੀਡੀਓ ਦੇ ਵਿੱਚ ਵਧੀਆ ਜ਼ਰੂਰ ਲਾਉਂਦੇ ਨੇ ਚੱਕਰ। ਲਓ ਜੀ ਇਹ ਵੀ ਕਰਤੇ ਸੀ ਗੱਲ ਖੁੱਡੇ ਸਾਫ, ਠੀਕ ਹੈ ਜੀ। ਇੱਧਰ ਵੀ ਆਪਾਂ ਨੇ ਲਓ ਵੀ ਮਿੱਤਰੋ ਇਹਨੇ ਵੀ ਆਂਡਾ ਲਾ ਲਿਆ, ਇਹਨੇ ਵੀ ਆਂਡਾ ਲਾ ਲਿਆ ਭਰਾਵੋ ਇੱਕ, ਅਤੇ ਬੱਚਾ ਹਰੇ ਦਾ ਐਡਾ ਗਾ ਇੱਕ, ਇਹ ਬਾਈ ਸਭ ਫੀਡ ਦੀ ਕਰਾ ਮਾਤਾ ਜੀ, ਫੀਡ ਔਰ ਬਹੀ ਰੋਟੀ, ਇਸ ਲਈ ਆਪਾਂ ਕਹਿੰਦੇ ਹਾਂ ਦੇਖ ਲਓ ਬੱਚਾ ਹਲੇ ਇੰਨਾ ਗਾ, ਆਂਡਾ ਨਾਲ ਦੇ ਖਾਨੇ 'ਚ ਲਾ ਲਿਆ, ਠੀਕ ਹੈ ਜੀ। ਇੱਧਰ ਆਪਣੀ ਕਬੂਤਰੀ ਨੇ ਕੰਡਾ ਲਾ ਲਿਆ, ਦੂਜਾ 'ਚ ਲਾ ਦੂਗੀ, ਇੱਕ ਜੋੜਾ ਆਪਾਂ ਇੱਧਰ ਛੱਡਿਆ ਹੋਇਆ, ਇਹਨਾਂ ਨੇ ਵੀ ਲਾ ਲਿਆ ਜੀ ਇੱਕ ਆਂਡਾ, ਲਾ ਲਿਆ ਇੱਕ ਆਂਡਾ। ਲਓ ਇਹਨਾਂ ਨੇ ਦੋ ਹੀ ਲਾਏ ਹੋਏ ਨੇ ਆਂਡੇ, ਕੱਢਣਗੇ ਜੀ ਲਾਲ ਡੱਬੇ ਕਾਲੇ ਡੱਬੇ, ਇਹ ਕੱਢਦੇ ਨੇ ਜਦੋਂ ਆਪਾਂ ਇਹਨਾਂ ਨੂੰ ਲਾਉਂਦੇ ਆਪਾਂ ਲਾਲ ਔਰ ਕਾਲੇ ਡੱਬੇ। ਬਾਕੀ ਦੇਖਦੇ ਹਾਂ ਇਸ ਵਾਰ ਕਿਵੇਂ ਕੱਢਦੇ ਨੇ, ਪਹਿਲਾਂ ਆਪਾਂ ਇੱਕ ਵਾਰੀ ਲਾਈ ਸੀ ਜੋੜੀ, ਬਹੁਤ ਗੂੜੇ ਰੰਗਾਂ ਦੇ ਪੂਰੇ ਗੂੜੇ ਰੰਗਾਂ ਦੇ ਕਾਲੇ ਔਰ ਲਾਲ ਡੱਬਾ ਕੱਢਿਆ ਸੀ, ਕਾਲਾ ਡੱਬਾ ਗੂੜਾ ਇੱਕ ਲਾਲ ਡੱਬਾ ਗੂੜਾ, ਇਸ ਵਾਰ ਦੇਖਦੇ ਹਾਂ ਜੀ। ਆਹ ਆਪਣੇ ਕਾਕੇ ਵਾਲੀ ਜੋੜੀ ਦੇ ਬੱਚੇ ਨੇ, ਅਤੇ ਆਹ ਵੀ ਆਪਣੀ ਮੀਰਾ ਵਾਲਾ ਕਬੂਤਰ ਅਤੇ ਧੰਨੇ ਵਾਲੀ ਕਬੂਤਰੀ ਦਾ ਬੱਚਾ, ਕਬੂਤਰੀ ਆਪਾਂ ਤੋੜ ਕੇ ਛੱਡਤੀ ਉੱਧਰ, ਦੁਬਾਰਾ ਆਂਡੇ ਲਾਉਣ ਲੱਗ ਗਈ ਸੀ, ਅਤੇ ਕਬੂਤਰ ਕੱਲਾ ਦਿੰਦਾ ਚੋਗਾ ਆਪਾਂ ਨਾਲ ਦੇਵਾਂਗੇ। ਆਹ ਵੀ ਆਪਣੇ ਬੱਚੇ ਜੀ,
ਚੁੱਕਿਆ ਜੀ। ਇਹਨੇ ਵੀ ਕੱਢ ਲਿਆ ਜੀ ਇੱਕ ਬੱਚਾ, ਇੱਕ ਅੰਡੇ ਦੇ ਵਿੱਚ ਮਰ ਗਿਆ ਇਹਦਾ ਵੀ। ਆਹ ਦੋ ਹੀ ਕੱਢੇ ਹੋਏ ਨੇ ਇੱਧਰ ਬੱਚੇ, ਠੀਕ ਹੈ ਜੀ, ਦੋ ਹੀ ਕੱਢੇ ਹੋਏ ਨੇ ਅਤੇ ਆਹ ਦੋ ਹੀ ਵੱਡੇ ਹੋ ਗਏ ਬੱਚੇ। ਇੱਧਰ ਵੀ ਕਬੂਤਰੀਆਂ ਇੱਕ ਅੰਡਾ ਲਾ ਲਿਆ ਨੇ ਆਪਣੀ ਨੇ, ਠੀਕ ਹੈ ਜੀ। ਇਹਨਾਂ ਦੇ ਹਲੇ ਦਿਨ ਰਹਿੰਦੇ ਨੇ। ਆਹ ਬੱਚੇ ਦੇਖ ਲਓ ਛੋਟੇ ਛੋਟੇ ਨੇ, ਇਹਨੇ ਵੀ ਅੰਡਾ ਲਾ ਲਿਆ ਕਬੂਤਰੀ ਨੇ ਜੀ। ਆਹ ਬੱਚੇ ਨੇ ਛੋਟੇ ਅਤੇ ਅੰਡਾ ਇਹ ਵੀ ਜੋੜੀ ਨੇ ਲਾ ਲਿਆ, ਉੱਪਰ ਚੱਕ ਕੇ ਆਪਾਂ ਰੱਖਿਆ ਇੱਥੇ ਲਾਇਆ ਹੋਇਆ ਸੀ, ਕੱਲ੍ਹ ਲਾ ਲਿਆ ਸੀ। ਅਤੇ ਦੂਜਾ ਅੰਡਾ ਮੈਨੂੰ ਲੱਗਦਾ ਇੱਧਰਲੇ ਖਾਨੇ 'ਚ ਸ਼ਾਇਦ ਲਾਊਗੀ ਇਹ। ਇੱਧਰ ਆ ਉੱਪਰ ਬੱਚੇ ਕੱਢੇ ਹੋਏ ਨੇ, ਠੀਕ ਹੈ ਜੀ। ਇੱਧਰ ਵੀ ਅੰਡੇ ਨੇ ਖੁੰਝੇ 'ਚ, ਬੱਚੇ ਆਪਾਂ ਚੱਕਤੇ ਸਾਰੇ ਬਾਕੀ, ਠੀਕ ਹੈ ਜੀ ਮੇਰੇ ਭਰਾ। ਇਹਨਾਂ ਥੱਲੇ ਵੀ ਕੇਕ ਮਰ ਗਿਆ ਜੀ ਇਹਨਾਂ ਦਾ ਅੰਡੇ 'ਚ। ਇੱਧਰ ਨੇ ਇਹ ਵੀ ਕਬੂਤਰ ਆਪਾਂ ਨੇ ਚੱਕ ਕੇ ਉੱਧਰ ਕਰਤਾ, ਕਬੂਤਰੀ ਗੱਲੀ ਚੋਗਾ ਦੇ ਰਹੀ ਹੈ, ਆਪਸ 'ਚ ਮਿਲਣ ਲੱਗ ਗਏ ਸੀ। ਅਤੇ ਆਹ ਬੱਚਾ ਉੱਪਰ ਲਿਆਉਂਦਾ, ਇਹਨਾਂ ਨੇ ਅੰਡਾ ਲਾਇਆ ਹੈ, ਇਹ ਵੀ ਥੱਲੇ ਆ ਕੇ ਵੜ ਜਾਂਦਾ, ਇਕੱਲੇ ਤਾਂ ਜੀ ਨਹੀਂ ਲੱਗਦਾ ਇਹਦਾ। ਇਹ ਵਿਚਾਰਾ ਕਹਿੰਦਾ ਵੀ ਜੀ ਨਹੀਂ ਲੱਗਦਾ ਇਕੱਲੇ ਆ ਜਾਂਦਾ। ਅਤੇ ਆਹ ਦੋ ਬੱਚੇ ਇੱਧਰ ਨੇ, ਠੀਕ ਹੈ ਜੀ। ਦੋ ਬੱਚੇ ਦੇਖੋ ਜੀ, ਇਹ ਦੋ ਬੱਚੇ ਇੱਧਰ ਨੇ, ਅਤੇ ਮੈਨੂੰ ਲੱਗਦਾ ਦੁਬਾਰਾ ਅੰਡੇ ਲਾਊਗੀ ਹੁਣ ਕਬੂਤਰੀ। ਇਹਨੇ ਵੀ ਸੱਚ ਕੱਢ ਲਿਆ ਆਪਣੀ ਨੇ ਇੱਕ ਬੱਚਾ ਬਾਈ, ਇਹਦਾ ਇੱਕੇ ਸੀਗਾ ਜੀ ਅੰਡਾ, ਇੱਕੇ ਅੰਡਾ ਦਿੱਤਾ ਸੀ ਇਹਨੇ, ਅਤੇ ਇੱਕੇ ਕੱਢ ਚੁੱਕੀ ਆ ਬੱਚਾ, ਠੀਕ ਹੈ ਜੀ। ਲਓ ਜੀ ਮਿੱਤਰੋ, ਇੱਧਰ ਵੀ ਤੁਹਾਨੂੰ ਦਿਖਾ ਚੁੱਕੇ ਹਾਂ ਆਪਾਂ। ਇਹਨਾਂ ਨੂੰ ਹੁਣ ਪਾਣੀ ਪੂਣੀ ਬਦਲਾਂਗੇ ਸਭ ਤੋਂ ਪਹਿਲਾਂ, ਫਿਰ ਪਾਵਾਂਗੇ ਦਾਣਾ। ਇੱਕ ਆਪਾਂ ਪਾਣੀ ਵਾਲੀ ਰੱਖੀ ਹੋਈ ਹੈ ਜੀ ਨਹਾਉਣ ਵਾਸਤੇ ਇਹਨਾਂ ਦੇ, ਤਾਂ ਹਲੇ ਐਡਾ ਹੀ ਹੈ ਇਹ ਤੌੜਾ ਬੜਾ। ਇਹਦੇ ਵਿੱਚ ਫਟਕੜੀ ਪਾ ਦਿੰਦੇ ਜੀ ਆਪਾਂ ਜਦੋਂ ਨਵਾਉਂਦੇ ਹਾਂ, ਹਫ਼ਤੇ 10 ਦਿਨਾਂ ਬਾਅਦ ਨਵਾਈ ਦਿੰਦੇ, ਥੋੜ੍ਹੀ ਜਿਹੀ ਫਟਕੜੀ ਪਾ ਦਈਦੀ ਹੈ। ਫਟਕੜੀ ਕਹਿੰਦੇ ਕੋਈ ਵਾਇਰਸ ਨਹੀਂ ਛੱਡਦੀ ਜੀ, ਆਪਾਂ ਕੋਈ ਵੈਕਸੀਨ ਨਹੀਂ ਕੀਤੀ ਇਹਨਾਂ ਨੂੰ, ਕੋਈ ਟੀਕਾ ਨਹੀਂ ਵਰਤਿਆ ਜੀ। ਲੋਕ ਐਂ ਮੌਸਮ ਬਦਲਦਾ ਟੀਕੇ ਲਾ ਦਿਉ ਜੇ ਵੋ, ਭਰਾਵਾ ਆਪਾਂ ਟੀਕੇ ਲਾਉਣ ਲੱਗ ਗਏ ਸੀ ਅਤੇ ਬਿਮਾਰੀ ਲੱਗ ਗਈ ਸੀ ਸਗੋਂ ਉਲਟਾ ਪੈਣ। ਹੁਣ 2 ਸਾਲ ਹੋ ਚੱਲੇ ਆਪਾਂ ਨੇ ਟੀਕਾ ਜਮ੍ਹਾਂ ਬੰਦ ਕਰਤਾ ਯੂਜ਼ ਕਰਨਾ ਭਾਈ, ਜਿਹੜਾ ਲਸੋਟਾ RB2 ਗਰਦਨ ਘੁਮਾਉਣ ਤੋਂ ਲਾਉਂਦੇ ਨੇ ਉਹ ਸਾਰੇ ਬੰਦ ਕਰਤੇ ਜੀ ਆਪਾਂ। ਬਸ ਕਬੂਤਰ ਨਾ ਲਿਆਓ ਜੀ ਕਿਸੇ ਦਾ, ਕਬੂਤਰ ਨਾ ਵਾੜੋ, ਆਪਾਂ ਤਾਂ ਇਹੀ ਗੱਲ ਕਹਾਂਗੇ। ਅਤੇ ਬਾਕੀ ਆ ਟਿੱਕਲ ਵਾਲੀ ਸਪਰੇ ਜ਼ਰੂਰ ਮਾਰਦੇ ਰਿਹਾ ਕਰੋ, ਮਾਰਦੇ ਹਾਂ ਆਪਾਂ, ਠੀਕ ਹੈ ਜੀ। ਅਤੇ ਇੱਧਰ ਆਪਾਂ ਬੱਚੇ ਜਿਹੜੇ ਪਹਿਲਾਂ ਗਿਆ ਕੇ ਬੰਦ ਕਰਤੇ ਉਹ ਨੇ, ਅਤੇ ਵਿੱਚ ਵੱਡੀਆਂ ਕਬੂਤਰੀਆਂ ਨੇ ਜੋੜੇ ਤੋੜ ਤੋੜ ਛੱਡੀ ਜਾਂਦੇ ਆ, ਕਿਉਂਕਿ ਕਬੂਤਰੀਆਂ ਵਾਲਾ ਖੁੱਡਾ ਆਪਣਾ, ਅਤੇ ਉੱਧਰ ਬੱਚੇ ਜ਼ਿਆਦਾ ਹੋ ਜਾਣੇ ਸੀਗੇ ਆ ਜੋੜੇ ਲਾਏ ਕਰਕੇ। 2 ਖੁੱਡਿਆਂ 'ਚ ਵੱਡੇ ਕਰਦਾ, ਇੱਕ 'ਚ ਕਬੂਤਰ ਵੱਡੇ, ਇੱਕ 'ਚ ਕਬੂਤਰੀਆਂ, ਅਤੇ 2 'ਚ ਬੱਚੇ ਕਰ ਦਾਂਗੇ ਅੱਧੇ ਅੱਧੇ। ਹਲੇ ਮਿਕਸ ਚੱਲਦਾ ਕੰਮ ਜੋੜਿਆਂ ਕਰਕੇ, ਥੋੜ੍ਹਾ ਜਿਹਾ ਤਾਂ ਕਰਕੇ ਆਪਾਂ ਉਹ ਕਰਦੇ ਹਾਂ। ਲਓ ਜੀ ਬੈਠੇ ਜੀ ਆਪਣੇ ਕੋਲ ਆਪਣੀਆਂ ਕਬੂਤਰੀਆਂ ਵਿੱਚੇ ਵੱਡੀਆਂ ਅਤੇ ਬੱਚੇ ਨੇ, ਠੀਕ ਹੈ ਜੀ। ਬੱਚੇ ਨੇ ਸਾਰੇ ਸਾਡੇ ਖੜ੍ਹੇ ਨੇ ਪਣੀਆਂ ਰੋਣੇ ਆਪਣੇ ਬੱਚੇ ਨੇ, ਠੀਕ ਹੈ ਜੀ। ਅਤੇ ਆਹ ਆਪਣੀ ਭੋਲੋ ਕਬੂਤਰੀ ਆ, ਬਹੁਤ ਮਸਤਰੀ ਆ, ਮੈਨੂੰ ਦੇਖ ਦੇਖ ਚੁਟਕੀ ਤਾਂ ਚੱਲਦੀ ਹੈ ਪੂਰੀ। ਹਾਲੇ ਤਾਂ ਇਹ ਇਕੱਲੇ ਜੋੜਾ ਤੋੜ ਕੇ ਛੱਡੀ ਇੱਧਰ ਬੱਚਿਆਂ ਨੂੰ, ਤਾਂ 5-4 ਦਿਨ ਲੰਘਣ ਕੋਈ ਹਫ਼ਤਾ, ਤਾਂ ਜਦੋਂ ਮੈਂ ਇੱਥੇ ਗੁੱਡੇ 'ਚ ਵੜਨਾ ਚੁਟਕੀ ਵੀ ਨਹੀਂ ਮਾਰਨ ਦੀ ਲੋੜ ਨੇ, ਮੈਨੂੰ ਦੇਖ ਕੇ 1 ਦਿਨ ਪਹਿਲਾਂ ਪਾਉਣ ਲੱਗ ਜਾਂਦੀ ਆ। ਬਹੁਤ ਜ਼ਿਆਦਾ ਸਿਆਣੀ ਕਬੂਤਰੀ ਹੈ ਮੇਰੀ। ਅਤੇ
ਬਾਕੀ ਡੀ ਵਾਰਮਿੰਗ ਕਰਤੀ ਆਪਾਂ ਐਲਬੋ ਮਾਰ ਤੌੜੀਆਂ 'ਚ ਪਾਤੀ ਇਹਨਾਂ ਨੂੰ ਦੋ ਦਿਨ, ਅਤੇ ਉਹ ਤੋਂ ਬਾਅਦ ਵਿੱਚ ਆਪਾਂ ਲੇ 52 ਪਾਤੀ, ਜਿਹੜਾ ਪਾਣੀ ਕਬੂਤਰ ਆਪਾਂ ਠੰਡਾ ਲਾਉਂਦੇ ਹਾਂ ਜੀ, ਉਹ ਰਾਤ ਭਿਉਂਤਾ ਸੀ, ਹੁਣ ਤੌੜੀਆਂ ਦੇ ਵਿੱਚ ਉਹ ਪਾ ਦਾਂਗੇ ਆਪਾਂ ਥੋੜ੍ਹਾ ਥੋੜ੍ਹਾ, ਤਾਂ ਜੋ ਗਰਮਾਇਸ਼ ਨਾ ਰਹੇ ਇਹਨਾਂ ਦੇ ਅੰਦਰ, ਗਰਮਾਇਸ਼ ਨਿਕਲ ਜਾਵੇ, ਕਿਉਂਕਿ ਦੁਬਾਰਾ ਗਰਮਾਇਸ਼ ਹੋ ਚੁੱਕੀ ਆ ਬਹੁਤ, ਖੋਡਿਆਂ ਦੇ ਵਿੱਚ ਤਪਦੇ ਨੇ ਅਤੇ ਦਿਨੇ ਬਹੁਤ ਜ਼ਿਆਦਾ ਸਵੇਰੀ ਗੁੰਮ ਹੋ ਜਾਂਦਾ, ਸਮਝ ਲਓ ਭਾਦੋਂ ਲੰਘ ਗਈ ਅਤੇ ਭਾਦੋਂ ਹੀ ਬਣ ਗਈ, ਭਾਦੋਂ ਸੌਣ ਬਣ ਗਈ ਸੀ ਇਸ ਵਾਰ, ਭਾਦੋਂ 'ਚ ਮੀਂਹ ਪਈ ਗਏ ਨੇ ਅਤੇ ਹੁਣ ਬੱਟ ਉਹਨੂੰ ਹੀ ਉੱਠ ਰਿਹਾ ਜਿਵੇਂ ਭਾਦੋਂ ਦਾ ਬੱਟ ਉੱਠਦਾ ਬਈ, ਠੀਕ ਹੈ ਜੀ। ਓਕੇ ਜੀ, ਧੰਨਵਾਦ ਆ ਮੇਰੇ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਨੇ, ਅਤੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੁੰਦੀ ਹੈ ਮੇਰੇ ਭਰਾ, ਮੇਰਾ ਨੰਬਰ ਮੈਂਸ਼ਨ ਕੀਤਾ ਹੋਇਆ ਆਈਡੀ 'ਚ, ਠੀਕ ਹੈ, ਜਦੋਂ ਆਪਾਂ ਉੱਤੇ ਖੋਲਦੇ ਹਾਂ ਮੇਰਾ ਚੈਨਲ ਅਤੇ ਉੱਥੇ ਨੰਬਰ ਦਿੱਤਾ ਹੋਇਆ, ਆਪਾਂ ਉਹਨੂੰ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ, ਕਈ ਭਰਾ ਪੁੱਛਦੇ ਰਹਿੰਦੇ ਆ ਨੰਬਰ 'ਤੇ, ਆਪਾਂ ਸੈਂਡ ਕਰਦੇ ਰਹਿੰਦੇ ਹਾਂ, ਅਤੇ ਜਿੰਨੇ ਵੀ ਕਮੈਂਟ ਆਉਂਦੇ ਨੇ ਬਾਈ ਆਪਾਂ ਸਾਰਿਆਂ ਦਾ ਰਿਪਲਾਈ ਕਰਦੇ ਹਾਂ, ਜੇ ਹੋ ਸਕਦਾ ਕਿਸੇ ਵੀਰ ਦਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ, ਕੋਈ ਗੱਲ ਨਹੀਂ ਮੇਰੇ ਭਰਾ, ਦੁਬਾਰਾ ਮੈਸੇਜ ਕਰ ਲਿਓ, ਵੈਸੇ ਤਾਂ ਆਪਾਂ 100% ਨਾਲ ਦੀ ਨਾਲ ਰਿਪਲਾਈ ਕਰਦੀ ਹਾਂ ਆਪਾਂ, ਠੀਕ ਹੈ ਜੀ, ਜੇ ਪਹਿਲੇ ਦਿਨ ਨਹੀਂ ਦੇਖਦੇ ਤਾਂ ਦੂਜੇ ਦਿਨ, ਅਤੇ ਇੱਦਾਂ ਹੀ ਆਪਣੇ ਭਰਾ ਆਪਾਂ ਨੂੰ ਕਮੈਂਟ ਅਤੇ ਲਾਈਕ ਕਰਦੇ ਰਿਹਾ ਕਰੋ, ਅਤੇ ਜਿਹੜੀ ਚੀਜ਼ ਦੇ ਬਾਰੇ ਨਹੀਂ ਨੌਲੇਜ ਤੁਹਾਨੂੰ ਪੁੱਛ ਸਕਦੇ ਹੋ, ਜਿੰਨੀ ਕੁ ਆਪਾਂ ਨੂੰ ਨੌਲੇਜ ਆਪਾਂ ਤੁਹਾਨੂੰ ਦੱਸਾਂਗੇ, ਅਤੇ ਜਿੰਨੇ ਵੀ ਭਰਾਵਾਂ ਨੂੰ ਆਪਾਂ ਦੱਸਿਆ ਅਤੇ ਸਾਰਿਆਂ ਦੇ ਆਪਣਾ ਨਾ ਫੋਨ ਆਉਂਦੇ ਆ, ਅਤੇ ਸਭ ਇਹੀ ਗੱਲ ਕਹਿੰਦੇ, ਕਹਿੰਦੇ ਬਾਈ ਜੀ ਰਿਜ਼ਲਟ ਮਿਲਿਆ ਜੀ ਚੀਜ਼ ਦਾ, ਕਿਉਂਕਿ ਮੈਂ ਕਿਹੜਾ ਕੋਲੋਂ ਵੇਚਣੀ ਹੈ ਜੀ, ਜਿਹੜਾ ਮੈਨੂੰ ਕੋਈ ਲਾਲਚ ਹੋਊਗਾ ਗਲਤ ਦੱਸੂਗਾ, ਆਪਾਂ ਸਿਰਫ ਜਾਨਵਰਾਂ ਦੀ ਜਾਨ ਬਚਾਉਣ ਲਈ ਹੀ ਦੱਸਦੇ ਹਾਂ ਜਿਹੜੀਆਂ ਚੀਜ਼ਾਂ ਆਪਾਂ ਵਰਤਦੇ ਹਾਂ, ਠੀਕ ਹੈ ਜੀ, ਕੋਈ ਮੈਂ ਘਰੋਂ ਤਾਂ ਚੀਜ਼ ਲਾਉਂਦਾ ਨਹੀਂ ਗਾ ਜਾਂ ਮੈਂ ਵੇਚਦਾ ਨਹੀਂ ਵੀ ਮੈਂ ਝੂਠ ਬੋਲੂੰਗਾ ਜਾਂ ਕਹੂੰਗਾ, ਠੀਕ ਹੈ ਜੀ। ਅਤੇ ਚਲੋ ਠੀਕ ਆ ਮੇਰੇ ਭਰਾ ਸਾਰੇ, ਬਾਪਾਂ ਨੂੰ ਇਹੀ ਹੈ ਵੀ ਆਪਣੇ ਭਰਾ ਆਪਣੀ ਵੀਡੀਓ ਨੂੰ ਵਾਚ ਕਰਿਆ ਕਰੋ, ਠੀਕ ਹੈ ਜੀ, ਅਤੇ ਲਾਈਕ ਅਤੇ ਕਮੈਂਟ ਕਰਿਆ ਕਰੋ, ਜਿਹੜੇ ਭਰਾਵਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ, ਅਤੇ ਜਿਹੜੇ ਭਰਾ ਆਪਾਂ ਨੂੰ ਸੁਪਰ ਚੈਟ ਕਰ ਸਕਦੇ ਨੇ ਅਤੇ ਉਹ ਉਹਨਾਂ ਨੂੰ ਰਿਕੁਐਸਟ ਆ ਵੀ ਉਹ ਸੁਪਰ ਚੈਟ ਜ਼ਰੂਰ ਕਰਨ ਇੱਕ ਇੱਕ ਵਾਰ, ਤਾਂ ਜੋ ਮੇਰੇ ਚੈਨਲ ਦੀ ਮੋਨੋਟਾਈਜ਼ ਹੋ ਸਕੇ, ਠੀਕ ਹੈ ਜੀ, ਚੈਨਲ ਮੋਨੋਟਾਈਜ਼ ਹੋ ਜੂਗਾ ਅਤੇ ਆਪਾਂ ਨੂੰ ਉੱਧਰੋਂ ਪ੍ਰੋਫਿਟ ਆਉਣ ਲੱਗ ਜੂਗਾ, ਠੀਕ ਹੈ ਜੀ ਮੇਰੇ ਭਰਾ, ਇੰਨੀ ਕੁ ਹੈਲਪ ਕਰ ਸਕਦੇ ਹੋ ਬਸ ਮੇਰੀ ਤੁਸੀਂ ਜੇ ਚਾਹੋ ਤਾਂ, ਬਹੁਤ ਬਹੁਤ ਧੰਨਵਾਦ ਆ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਆਪਣੇ ਨਾਲ ਸੁਪਰ ਚੈਟ ਕਰਨਗੇ ਜਾਂ ਜੁਆਇਨ ਕਰਨਗੇ ਆਪਣੀ ਆਈਡੀ ਨੂੰ, ਠੀਕ ਹੈ ਜੀ, ਜਿਹੜੇ ਜੁਆਇਨ ਕਰਨਗੇ ਜੀ ਆਪਣੀ ਆਈਡੀ ਨੂੰ ਹਰੇਕ ਗੱਲ ਦੱਸਾਂਗੇ ਆਪਾਂ ਉਹਨਾਂ ਨੂੰ, ਕਬੂਤਰ ਵੀ ਦੱਸਾਂਗੇ ਬਾਈ ਕਿਵੇਂ ਸਾਂਭੀਦੇ ਨੇ, ਕਿਵੇਂ ਪ੍ਰੋਪਰ ਡਾਰਾਂ ਬਾਜੀ ਲਈ ਤਿਆਰੀ ਕਰਨੀ ਆ, ਕਿਵੇਂ ਤਿਆਰ ਕਰਨੇ ਆ, ਸਾਰੀਆਂ ਗੱਲਾਂ ਦੱਸਾਂਗੇ ਆਪਾਂ ਉਹਨਾਂ ਨੂੰ, ਠੀਕ ਹੈ ਜੀ। ਅਤੇ ਜਿਹੜੇ ਸੁਪਰ ਚੈਟਰ ਜੁਆਇਨ ਦੋਨੇ ਕਰਨਗੇ ਕਮੈਂਟ ਅਤੇ ਲਾਈਕ ਵੀ ਕਰਨਗੇ ਬਾਈ, ਉਹ ਗਰਮੀਆਂ ਦੇ ਵਿੱਚ ਆ ਕੇ ਆਪਣੇ ਕੋਲ ਸੀਜ਼ਨ ਤੋਂ ਪਹਿਲਾਂ ਆਪਾਂ ਤੋਂ ਪਾਣੀ ਲੈ ਜਾਣਗੇ, ਉਹਨਾਂ ਨੂੰ ਆਪਾਂ ਰਗੜਿਆ ਹੋਇਆ ਪਾਣੀ ਵੀ ਦੇ ਦਾਂਗੇ ਅਤੇ ਉਹਨਾਂ ਨੂੰ ਸਮਝਾ ਵੀ ਦੇਵਾਂਗੇ ਵੀ ਕਿਵੇਂ ਛੱਡਣਾ ਕਬੂਤਰਬਾਜ਼ੀ 'ਤੇ, ਜਿੱਤ ਹਾਰ ਉਹਨਾਂ ਦੇ ਮੁਕੱਦਰਾਂ ਦੀ ਆ ਜੀ, ਠੀਕ ਹੈ ਜੀ, ਚੰਗੀ ਨਸਲ ਹੋਈ ਤਾਂ ਜਿੱਤਣਗੇ ਅਤੇ ਬਾਕੀ ਮਿਹਨਤ ਵੀ ਆ ਬੰਦੇ ਦੀ ਆਪਦੀ, ਮਿਹਨਤ ਚੰਗੀ ਹੋਈ ਤਾਂ ਉਹ ਜਿੱਤਣਗੇ 100% ਬਾਈ। ਓਕੇ ਜੀ, ਧੰਨਵਾਦ ਆ ਮੇਰੇ ਸਾਰੇ ਭਰਾਵਾਂ ਦਾ, ਲਵ ਯੂ ਹੈ ਜੀ ਔਲ।